cheers to your body, Hari Baba. ਪਜੜਾ ਬੇ ਮੋਤੀ ਹੀ ਟਕੂ ਤੇ ਟਕੂਆ ਟਕੂ ਤੇ ਟਕੂਆ ਖੜ ਕੇ ਪਜੜਾ ਬੇ ਮੋਤੀ ਹੀ ਕੀ ਬਾਦਲ ਦੀਆਂ ਗੱਲਾਂ ਕਰਨਾ ਰਤਾ ਝੂਠ ਨਾ ਜਾਣੀ ਸਭ ਲੀਡਰ ਤੇਰੇ ਪਿੱਛੇ ਪੈ ਕੇ ਕੀ ਰਾਜਾ ਕੀ ਰਾਣੀ ਵਿਕੁੰਡੀਆਂ ਦੇ ਸਿੰਘ ਫਸ ਗਏ ਹੇ ਨਤਰੂ ਬੜੇ ਮੇ ਹੁਣ ਨਤਰੂ ਬੜੇ ਮੇ ਖਾਣੀ ਵਿਕੁੰਡੀ ਜਨਤਾ ਮੂਰੇ ਕਦੇ ਮੋਦੀਆ ਚੱਲਣ ਨਾ ਅੜਵਾਈਆਂ ਤੈ ਸੜਕਾਂ ਤੇ ਲੋਕ ਬੱਠਿਆ ਤੇ ਕੀ ਬੱਚੇ ਕੀ ਮਾਈਆਂ ਸੋ ਜਾ ਬੇ ਮੋਤੀ ਹੁਣ ਲੈ ਕੇ ਗਰਮ ਤੂੰ ਲੈ ਕੇ ਗਰਮ ਰਜਾਈਆਂ ਸੋ। दोस्तों जिवें आपां जानदे आ कि किसान दिल्ली विच अपने हक्कां दी लड़ाई लड़ रहे आ संघर्ष कर रहे ते इस संघर्ष विच बच्चे नौजवान बजुर्ग ते मातावां वी पहुंचियां चाहे बहुत ज़्यादा ठंड आ पर फिर भी किसान वीर उत्थे डटे हुए आ। हुण एक वीडियो सोशल मीडिया ते बहुत ज़्यादा वायरल हो रही है जिस विच एक बाबा जी ने बहुत ही वधिया गाना सुनाया ते जिस विच उसने मोदी नूं भी खरियां सुना दित्तियां ते इस गाने नूं सोशल मीडिया ते बहुत ज़्यादा पसंद किया जा रहा। सो आओ आपां सब तों पहलां पूरी वीडियो देख लैने आ। ਸ਼ੰਭੂ ਬਾਰਡਰ ਤੇ ਹੋ ਗਿਟਾ ਕਰੇ ਪੁਲਿਸ ਵੀ ਖੜ ਗਈ ਅੜ ਕੇ ਬੇ ਮਿੰਟਾਂ ਦੇ ਵਿੱਚ ਤੂੜ ਤੇ ਨਾਕੇ ਵਿੱਚ ਹਰਿਆਣੇ ਵੜ ਕੇ ਪਜੜਾ ਬੇ ਮੋਤੀ ਹੀ ਟਕੂ ਤੇ ਟਕੂਆ ਟਕੂ ਤੇ ਟਕੂਆ ਖੜ ਕੇ ਪਜੜਾ ਬੇ ਮੋਤੀ ਹੀ ਟਕੂ ਤੇ ਟਕੂਆ ਖੜ ਕੇ ਮੈਂ ਜਨਤਾ ਨਾਲ ਪਾਲੀ ਦੁਸ਼ਮਣੀ ਜਨਤਾ ਦੀ ਪੈ ਗਈ ਯਾਰੀ ਪੰਜ ਸੂਬੇ ਹੁਣ ਮੋਦੀ ਕੱਲਾ ਇਕੱਠ ਹੋ ਗਿਆ ਭਾਰੀ ਨੀ ਹੁਣ ਮੈਂ ਤੂੰ ਨਹੀਂ ਨਿਭਦੀ ਹੀ ਬੜੇ ਬਾਦਲ ਨਾਲ ਬੜੇ ਬਾਦਲ ਨਾਲ ਯਾਰੀ ਨੀ ਹੁਣ ਸਤੋਂ ਨਹੀਂ ਨਿਭਦੀ ਹੀ ਬੜੇ ਬਾਦਲ ਨਾਲ ਯਾਰੀ ਕੀ ਬਾਦਲ ਦੀਆਂ ਗੱਲਾਂ ਕਰਦਾ ਰਤਾ ਝੂਠ ਨਾ ਜਾਣੀ ਸਭ ਲੀਡਰ ਤੇਰੇ ਪਿੱਛੇ ਪੈ ਕੇ ਕੀ ਰਾਜਾ ਕੀ ਰਾਣੀ ਵਿਕੁੰਡੀਆਂ ਦੇ ਸਿੰਘ ਫਸ ਗਏ ਹੇ ਨਤਰੂ ਬੜੇ ਮੇ ਹੁਣ ਨਤਰੂ ਬੜੇ ਮੇ ਖਾਣੀ ਵਿਕੁੰਡੀਆਂ ਦੇ ਸਿੰਘ ਫਸ ਗਏ ਹੇ ਨਤਰੂ ਬੜੇ ਮੇ ਖਾਣੀ ਐ ਲੱਗਦਾ ਹੁਣ ਜਨਤਾ ਮੇਰੀਆਂ ਛੱਡੂ ਕਢਾ ਕੇ ਲੀਕਾਂ ਕੋਈ ਲੀਡਰ ਮੇਰੀ ਸਾਰ ਨਹੀਂ ਲੈਂਦਾ ਦਿੱਲੀ ਵਿੱਚ ਅਡੀਕਾਂ ਪਰਚੇ ਬੜੇ ਕਰੇ ਹੇ ਭੁਗਤੂ ਕੌਣ ਦੱਸ ਭੁਗਤੂ ਕੌਣ ਤਰੀਕਾਂ ਪਰਚੇ ਬੜੇ ਕਰੇ ਹੇ ਭੁਗਤੂ ਕੌਣ ਤਰੀਕਾਂ ਜਨਤਾ ਮੂਰੇ ਕਦੇ ਮੋਦੀਆ ਚੱਲਣ ਨਾ ਅੜਵਾਈਆਂ ਤੈ ਸੜਕਾਂ ਤੇ ਲੋਕ ਬੱਠਿਆ ਤੇ ਕੀ ਬੱਚੇ ਕੀ ਮਾਈਆਂ ਸੋ ਜਾ ਬੇ ਮੋਤੀ ਹੁਣ ਲੈ ਕੇ ਗਰਮ ਤੂੰ ਲੈ ਕੇ ਗਰਮ ਰਜਾਈਆਂ ਸੋ ਜਾ ਬੇ ਮੋਤੀ ਹੀ ਲੈ ਕੇ ਗਰਮ ਰਜਾਈਆਂ ਸਭ ਧਰਮਾਂ ਦੇ ਲੋਕੋ ਆ ਜਾਓ ਹੁਣ ਇਕੱਠੇ ਹੋ ਜਾਈਏ ਜਿਹੜਾ ਵੀ ਹੁਣ ਉਲਝਿਆ ਮਸਲਾ ਆਪਸ ਵਿੱਚ ਸੁਲਝਾਈਏ ਜਿਹੜਾ ਵੀ ਹੁਣ ਉਲਝਿਆ ਮਸਲਾ ਆਪਸ ਵਿੱਚ ਸੁਲਝਾਈਏ ਇਹ ਨਫ਼ਰਤ ਸਾਨੂੰ ਪਿੱਛੇ ਲੈ ਗਈ ਨਫ਼ਰਤ ਮਾਰ ਮਕਾਈਏ ਇਕੱਠੇ ਹੋ ਜਾਓ ਇਹ ਦੇਸ਼ ਨੂੰ ਅੱਗੇ ਹੁਣ ਦੇਸ਼ ਨੂੰ ਅੱਗੇ ਬਤਾਈਏ ਇਕੱਠੇ ਹੋ ਜਾਓ ਦੇਸ਼ ਨੂੰ ਅੱਗੇ ਵਧਾਈ। ਸੋ ਦੋਸਤੋ ਜਿਵੇਂ ਤੁਸੀਂ ਬਾਬਾ ਜੀ ਤੋਂ ਇਹ ਗਾਣਾ ਸੁਣਿਆ ਜੋ ਕਿ ਇੱਕ ਕਿਸਾਨ ਆ ਤੇ ਆਪਣੇ ਹੱਕਾਂ ਲਈ ਦਿੱਲੀ ਵਿੱਚ ਸੰਘਰਸ਼ ਕਰ ਰਹੇ ਆ, ਸੋ ਇਸ ਗਾਣੇ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਸੋ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਜੇਕਰ ਤੁਹਾਨੂੰ ਬਾਬਾ ਜੀ ਦਾ ਗਾਣਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਇਸ ਵੀਡੀਓ ਹੇਠ ਕਮੈਂਟਾਂ ਵਿੱਚ ਕਿਸਾਨ ਏਕਤਾ ਜਿੰਦਾਬਾਦ ਜ਼ਰੂਰ ਲਿਖੋ ਅਤੇ ਇਸ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਹੋਰ ਤਾਜ਼ਾ ਅਪਡੇਟਸ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ ਇਹਨੇ ਸ਼ਬਦਾਂ ਨਾਲ ਲੈਂਦੇ ਹਾਂ ਜਾਂ ਅੱਜ ਤੋਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।